कुछ तेरी ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦਾ ਅੱਜ ਸਾਜਨਾ ਦਿਵਸ ਹੈ, ਵਿਸਾਖੀ ਦਾ ਦਿਹਾੜਾ, ਜੋ ਕਿ ਸਿੱਖ ਪੰਥ ਬੜੇ ਸ਼ਾਨ ਸ਼ੌਕਤ ਨਾਲ ਮਨਾਉਂਦੇ ਨੇ। 3 ਮਾਰਚ 1699 ਵਾਲੇ ਦਿਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 5 ਸਿੰਘਾਂ ਦੀ ਚੋਣ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਖੰਡੇ ਬਾਟੇ ਦੀ ਪੋਲ ਦਿੱਤੀ, 5 ਰਹਿਤਾਂ ਦਿੱਤੀਆਂ, 4 ਬਜਰ ਕੁਰਹਿਤਾਂ ਦੱਸੀਆਂ। ਫਿਰ ਉਹਨਾਂ 5 ਤੋਂ ਆਪ ਅੰਮ੍ਰਿਤਪਾਨ ਕਰਕੇ ਆਪ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣੇ ਸਨ। ਅਤੇ ਭਾਈ ਗੁਰਦਾਸ ਜੀ ਲਿਖਦੇ ਨੇ, ਵਾਹ ਪ੍ਰਗਟਿਓ ਮਰਦ ਗਮੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰੂ ਵੀ ਆਪੇ ਚੇਲੇ ਵੀ ਨੇ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਪੰਥ ਦੀ ਨੀਂਹ ਰੱਖੀ ਸੀ ਅਤੇ ਬਾਣੀ 'ਚ ਲਿਖਿਆ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰਿਜੈ, ਸਿਰ ਦੀਜੈ ਕਾਨ ਨ ਕੀਜੈ। ਅਤੇ ਜਪਜੀ ਸਾਹਿਬ ਲਿਖੇ, 5 ਪਰਵਾਨ 5 ਪ੍ਰਦਾਨ 5 ਪਾਵੇਂ ਦਰਗੇ ਮਾਨ। ਉਸ ਫਲਸਫੇ ਨੂੰ ਸੰਪੂਰਨ ਕਰਦੇ ਹੋਏ ਅੱਜ ਦੇ ਦਿਹਾੜੇ 3 ਮਾਰਚ 1699 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸਨੂੰ 5 ਬਾਣੀਆਂ ਦਿੱਤੀਆਂ, 5 ਰਹਿਤਾਂ 4 ਬਜਰ ਗ੍ਰਹਿਤਾਂ ਤੋਂ ਬਰਜਿਆ। ਇਹ ਪੂਰੇ ਵਿਸ਼ਵ ਦੇ ਬੜੇ ਸ਼ਾਨੋ ਸ਼ੌਕਤ ਨਾਲ ਦਿਹਾੜਾ ਮਨਾਇਆ ਜਾਂਦਾ ਸੀ, ਬੜੇ ਵੱਡੇ ਇਕੱਠ ਹੁੰਦੇ ਸਨ, ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਇਸ ਸਾਲ ਸ਼ਾਰਟਕੱਟ ਕੀਤਾ ਗਿਆ। ਜੇ ਪੂਜਿਆ ਮਾਨ ਸਾਹਿਬ ਜੀ, ਜੋ ਕਿ ਸ਼੍ਰੋਮਣੀ ਡੇਰਾ ਨਿਗਾਲੀ ਸਾਹਿਬ 13ਵੀਂ ਥਾਂ 'ਤੇ ਸੇਵਾ ਨਿਭਾ ਰਹੇ ਨੇ, ਨਿਗਾਲੀ ਸਾਹਿਬ ਵਿਖੇ ਇੱਕ ਬਹੁਤ ਵੱਡਾ ਇਕੱਠ ਹੁੰਦਾ ਸੀ, ਵੱਡੇ ਪੱਧਰ 'ਤੇ ਗੁਰਪੁਰਬ ਮਨਾਇਆ ਜਾਂਦਾ ਸੀ ਖਾਲਸੇ ਦਾ ਸਾਜਨਾ ਦਿਵਸ। ਪਰ ਇਸ ਵਾਰ ਗੌਰਮੈਂਟ ਦੀਆਂ ਹਦਾਇਤਾਂ ਨੂੰ ਲੈਂਦੇ ਹੋਏ, ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ, ਸ਼ਾਰਟਕੱਟ ਪ੍ਰੋਗਰਾਮ ਇੱਥੇ ਡਿਗਿਆਨਾ ਆਸ਼ਰਮ ਵਿਖੇ 8 ਵਜੇ ਤੱਕ ਸੱਜਿਆ ਹੈ। ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਹੋਈ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾਏ, ਅਤੇ ਅਰਦਾਸ ਕੀਤੀ ਹੈ ਜੋ ਵਿਸ਼ਵ ਵਿੱਚ ਮਹਾਂਮਾਰੀ ਫੈਲੀ ਹੈ, ਇਸ ਤੋਂ ਸਾਰੀਆਂ ਸੰਗਤਾਂ ਬਚ ਸਕਣ। ਆਪ ਸਾਰੀਆਂ ਸੰਗਤਾਂ ਨੂੰ ਦਾਸ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਫਤਿਹ ਸਿੰਘ ਜੀ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Thank you.